ਗੁਰਦੁਆਰਾ ਬਣਿਆ ਸਿਰਫ ਗੁਰੂ ਤੱਕ ਪਹੁੰਚਣ ਵਾਸਤੇ, ਗੁਰਦੁਆਰਾ ਬਣਿਆ ਸਿਰਫ ਸੱਚ ਤੱਕ ਪਹੁੰਚਣ ਵਾਸਤੇ। ਪਰ ਜੇ ਗੁਰਦੁਆਰੇ ਦਾ ਸਹੀ ਇਸਤੇਮਾਲ ਨਹੀਂ ਤਾਂ ਇਤਨੀ ਗੱਲ ਜ਼ਰੂਰ ਹੈ ਕਿ ਉਸਨੇ ਆਪਣੀ ਜ਼ਿੰਦਗੀ ਦਾ ਵੀ ਸਹੀ ਇਸਤੇਮਾਲ ਨਹੀਂ ਕੀਤਾ। ਤੇ ਕਿਉਂ ਨਹੀਂ ਕੀਤਾ? ਜਾਪ ਹੈ ਹੀ ਨਹੀਂ। ਅਗਰ ਜਾਪ ਹੋਵੇ ਉਹ ਮੈਨੂੰ ਗੁਰਦੁਆਰੇ ਦੀ ਬੇਅਦਬੀ ਨਹੀਂ ਕਰੇਗਾ, ਇਤਨੀ ਮੈਂ ਅਰਜ਼ ਕਰਦੇ ਹਾਂ। ਅਦਬ ਨਾਲ ਆਵੇਗਾ, ਅਦਬ ਨਾਲ ਬੈਠੇਗਾ, ਅਦਬ ਨਾਲ ਸੁਣੇਗਾ, ਅਦਬ ਨਾਲ ਸਾਰੇ ਕਰਮ ਕਰੇਗਾ। ਔਰ ਅਦਬ ਹੀ ਬਜ਼ੁਰਗੀ ਦਾ, ਬਜ਼ੁਰਗ ਦੇ ਸਤਿਕਾਰ ਦਾ ਪਹਿਲਾ ਚਿੰਨ੍ਹ ਹੈ ਅਦਬ। ਅਦਬ ਪਹਿਲਾ ਕਰੀਨਾ ਹੈ ਮੁਹੱਬਤ ਕੇ ਕਰੀਨੋ ਨੇ, ਇਕਬਾਲ ਨੇ ਸਾਫ਼ ਕਹਿ ਦਿੱਤਾ। ਅਦਬ ਗੁਰੂ ਨਾਲ ਪਿਆਰ ਹੈ, ਅਦਬ ਪਰਮਾਤਮਾ ਨਾਲ ਪਿਆਰ ਹੈ, ਅਦਬ। ਜਿੱਥੇ ਬੇਅਦਬੀ ਹੈ ਉੱਥੇ ਇੱਕ ਗੱਲ ਤੇ ਮਨੁੱਖ ਨੇ ਮੰਨ ਲਈ ਕਿ ਮੈਥੋਂ ਵੱਡਾ ਨਹੀਂ, ਕੋਈ ਅਦਬ ਕਰਨ ਦੀ ਲੋੜ ਨਹੀਂ। ਅਦਬ ਬੰਦਾ ਕਿਸ ਦਾ ਕਰਦਾ? ਆਪਣੇ ਤੋਂ ਵੱਡੇ ਦਾ। ਤੇ ਜੇ ਬੇਅਦਬੀ, ਇਤਨੂੰ ਗੱਲ ਤੇ ਸਪਸ਼ਟ ਹੋ ਗਈ, ਗੁਰੂ ਕੋਈ ਵੱਡਾ ਨਹੀਂ, ਗੁਰਦੁਆਰਾ ਕੋਈ ਵੱਡਾ ਨਹੀਂ, ਅਸੀਂ ਗਲਤ ਇਸਤੇਮਾਲ ਕਰ ਸਕਦੇ, ਬੇਅਦਬੀ ਕਰਨੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਸਵੱਈਆ ਮੈਂ ਤੁਹਾਡੇ ਸਾਹਮਣੇ ਰੱਖਾਂ। ਭਾਈ ਸਾਹਿਬ ਕਹਿੰਦੇ ਨੇ, ਬਾਹਰ ਕੀ ਅਗਨ ਬੂਝਕ ਜਲ ਸਰਤਾ ਕੇ ਨਾਵ ਮੇ ਜੋ ਆਗ ਲਾਗੇ ਕੈਸੇ ਕਹਿ ਬੁਝਾਈਏ। ਮਕਾਨ ਨੂੰ ਅੱਗ ਲੱਗ ਜਾਏ, ਦੁਕਾਨ ਨੂੰ ਅੱਗ ਲੱਗ ਜਾਏ ਤੇ ਪਾਣੀ ਨਾਲ ਬੁਝਾਵਾਂਗੇ? ਤੇ ਭਾਈ ਜੀ ਕਹਿੰਦੇ ਨੇ, ਪਾਣੀ ਨੂੰ ਅੱਗ ਲੱਗ ਜਾਏ ਫਿਰ ਕੀ ਕਰੀਏ, ਫਿਰ ਕਿਸ ਤਰ੍ਹਾਂ ਬੁਝਾਈਏ? ਚੋਰਨ ਕੇ ਤਰਾਸ ਓਟ ਲੀਜੀਏ ਤੇ ਕੋਟ ਗੜ ਗੜ ਮੇ ਜੋ ਲੂਟ ਲੀਜੇ ਕਹਾਂ ਕਤ ਜਾਈਏ। ਚੋਰਾਂ ਤੋਂ ਭਜਦੇ ਹੋਏ, ਡਾਕੂਆਂ ਤੋਂ ਬਚਦੇ ਹੋਏ ਚਲੇ ਜਾਈਏ ਥਾਣੇ, ਤੇ ਉੱਥੇ ਪੁਲਿਸ ਹੀ ਲੁੱਟ ਲਵੇ, ਫਿਰ ਕਿੱਥੇ ਜਾਈਏ, ਫਿਰ ਕਿਹੜੇ ਪਾਸੇ ਜਾਈਏ? ਭਾਈ ਸਾਹਿਬ ਕਹਿੰਦੇ ਨੇ, ਤੈਸੇ ਮਾਇਆ ਡਰ ਡਰ ਪਤ ਹਾਰ ਜੋ ਗੁਰਦੁਆਰੇ ਆਵੇ ਤਾਹਾਂ ਜੋ ਵਿਆਪੇ ਮਾਇਆ ਤਾਹਾਂ ਠਹਿਰਾਈਏ। ਦੁਨੀਆਂ ਦੇ ਕਲੇਸ਼ਾਂ ਤੋਂ ਡਰਦੇ ਹੋਏ, ਦੁਨੀਆਂ ਦੇ ਵਿਕਾਰਾਂ ਤੋਂ ਡਰਦੇ ਹੋਏ, ਦੁਨੀਆਂ ਦੇ ਅਨਰਥ ਤੋਂ ਡਰਦੇ ਹੋਏ ਆਈਏ ਗੁਰਦੁਆਰੇ, ਤੇ ਗੁਰਦੁਆਰੇ ਵੀ ਅਨਰਥ ਕਰਨ ਲੱਗੀਏ ਤੇ ਫਿਰ ਕਿੱਥੇ ਜਾਵਾਂਗੇ? ਤੇ ਪਾਣੀ ਵਿੱਚ ਅੱਗ ਲੱਗ ਗਈ ਤੇ ਕਿਸ ਤਰ੍ਹਾਂ ਬੁਝਾਈਏ? ਕਿਤੇ ਪਾਣੀ 'ਚ ਅੱਗ ਲੱਗ ਗਈ। ਜੇ ਗੁਰਦੁਆਰੇ ਵੀ ਅਨਰਥ ਕਰਨਾ ਹੈ ਤਾਂ ਮੈਂ ਇਤਨੀ ਅਰਜ਼ ਕਰਦਿਆਂ, ਗੁਰਦੁਆਰਾ ਨਾ ਕੋਈ ਪਲੇਗਰਾਊਂਡ ਹੈ, ਨਾ ਇਹ ਕਲੱਬ ਹੈ, ਨਾ ਇਹ ਥੀਏਟਰ ਹੈ। ਇੱਥੇ ਕੋਈ ਇੰਦਰੀਆਂ ਦਾ ਰਸ ਨਹੀਂ, ਇੱਥੇ ਕੋਈ ਮਨੋਰੰਜਨ ਨਹੀਂ, ਇੱਥੇ ਅੱਖਾਂ ਦਾ ਰਸ ਲੈਣ ਵਾਸਤੇ ਨਹੀਂ ਆਉਣਾ, ਤੇ ਨਾ ਹੀ ਗੁਰਬਾਣੀ ਅੱਖਾਂ ਦਾ ਰਸ ਹੈ, ਨਾ ਜ਼ਬਾਨ ਦਾ ਇਹ ਰਸ ਹੈ, ਨਾ ਇਹ ਕੰਨਾਂ ਦਾ ਰਸ ਹੈ, ਨਾ ਇਹ ਖਲੜੀ ਦਾ ਰਸ ਹੈ, ਇਹ ਆਤਮਾ ਦਾ ਰਸ ਹੈ। ਹੁਣ ਆਤਮਾ ਦਾ ਰਸ ਮਾਣਨ ਵਾਸਤੇ ਇਤਨੀ ਗੱਲ ਸਪਸ਼ਟ ਹੈ ਕਿ ਮਨੁੱਖ ਆਪਣੇ ਜੀਵਨ ਦਾ ਸਹੀ ਇਸਤੇਮਾਲ ਕਰੇ। ਕਾਦਰ ਕਰੀਮ ਨੇ ਬਹੁਤ ਵੱਡੀ ਬਖਸ਼ਿਸ਼ ਸਾਨੂੰ ਇਹ ਸਰੀਰ ਦਿੱਤਾ, ਇਹ ਕਾਇਆ ਦਿੱਤੀ ਹੈ, ਤੇ ਇਸ ਕਾਇਆ ਦਾ ਸਹੀ ਇਸਤੇਮਾਲ ਕਰਨਾ, ਇਸਦਾ ਸਹੀ ਪ੍ਰਯੋਗ ਕਰਨਾ। ਸਾਹਿਬ ਕਹਿੰਦੇ ਨੇ, ਜੋ ਕਾਇਆ ਦਾ ਸਹੀ ਪ੍ਰਯੋਗ ਕਰਦਾ ਹੈ ਉਹ ਬੰਦਾ ਧਰਮ ਖੰਡੀ ਹੈ, ਪਹੁੰਚ ਗਿਆ ਪਹਿਲੀ ਸਟੇਜ ਤੇ।